बसमिल्लर रहीम शुरू अल्लाह के नाम से जो नहायत ही मेहरबान और कर्म करने वाला है दोस्तों बुज़र्गो असलकमल वर्काता तो दोस्तों आप देख रहे हैं अपना यूट्यूब चैनल नीली रावी फार्मिंग एड फेसबुक पेज और मैं हूं आपका मेज़बान मोहम्मद अफजल तो सबसे पहले दोस्तों से रिक्वेस्ट है कि हमारे चैनल को करें ज़्यादा से ज़्यादा सब्सक्राइब जितने भी फार्मिंग रात है ज़्यादा से ज़्यादा सब्सक्राइब करें आज आपको बहुत ही दिलचस्प पूरे पंजाब में जो कट्टों का सबसे बड़ा फार्म है हज़ार कट्टों का फार्म उसकी इन्फॉर्मेशन लेके दूँगा डेली का खर्चा भी बताऊँगा और परचेजिंग भी बताऊँगा सारी मलूमत बताऊंगा आज वीडियो को स्किप नहीं करना आज प्लीज़ वीडियो पूरी देखनी है जो फार्मिंग हजरात हैं जो फार्मिंग करना चाहते हैं उनके लिए ये बहुत बड़ा सेटअप है बहुत बड़ी इन्फॉर्मेशन है बहुत बड़ी इन्फॉर्मेशन है हज़ार कट्टों का फार्म पंजाब में है ये ये देखें ये ज़िला उकाड़ा उकाड़ा का एक गाँव है दस जी जो रिनला खुर्द के साथ ही है ये देखें पूरे हज़ार कट्टों का फार्म है पूरे हज़ार कट्टों का फार्म है दोस्तों तो आप देख सकते हैं और चलते हैं इनके मालिक के पास आपको डेली का खर्चा भी बताएंगे और बचत भी बताएंगे और सब कुछ बताएंगे चलते हैं भाई के पास सारी इन्फॉर्मेशन लेकर देते हैं ਅਸਲਾਮੁਆਲੈਕਮ ਜੀ ਵਾਅਲੈਕਮ ਅਸਲਾਮ ਭਾਈ ਜਾਨ ਕੀ ਹਾਲ ਹੈ ਅੱਲਾਹ ਪਾਕ ਦਾ ਕਰਮ ਹੈ ਭਾਈ ਜੀ ਕੀ ਨਾਮ ਹੈ ਆਪਣਾ ਮੁਹੰਮਦ ਹਸਨ ਮੁਹੰਮਦ ਹਸਨ ਮਾਸ਼ਾਅੱਲਾ ਇਹ ਤੁਹਾਡਾ ਪੂਰੇ ਪੰਜਾਬ ਤੋਂ ਜਿਹੜੀ ਮੇਰੀ ਇਨਫੋਰਮੇਸ਼ਨ ਹੈ ਹਜ਼ਾਰ ਕਟੇ ਦਾ ਸਭ ਤੋਂ ਜ਼ਿਆਦਾ ਫਾਰਮ ਹੈ ਵੱਡਾ ਜੀ ਜੀ ਇਹ ਤੁਹਾਨੂੰ ਸਭ 1300 ਸੀ ਤੇ ਵਿੱਚੋਂ ਕੋਈ ਸੇਲ ਕਰ ਅੱਛਾ 12-1300 ਸੀ ਤੇ ਵਿੱਚੋਂ ਸੇਲ ਹੋ ਗਏ ਨੇ ਤੇ ਜਿਹੜੇ ਦੋਸਤ ਫਾਰਮਿੰਗ ਕਰਨਾ ਚਾਹੁੰਦੇ ਨੇ ਨਾ ਉਹਨੂੰ ਹੱਕ ਤੇ ਸੱਚ ਸਾਫ਼ ਗੱਲ ਦੱਸਣੀ ਹੈ ਇਹ ਜਦੋਂ ਤੁਸੀਂ ਹਜ਼ਾਰ ਕਟਿਆ ਖਰੀਦਾ ਹੈ ਇਹ ਫੀ ਨਗ ਕਿਨੇ ਦਾ ਖਰੀਦਾ ਤੁਸੀਂ ਇਹ ਸਰ ਨਾ ਤਕਰੀਬਨ ਉਪੱਚੀ 30 ਤੇ 35 ਦੇ ਦਰਮਿਆਨ ਤਕਰੀਬਨ ਸਾਡਾ ਨਾ 3 ਕਰੋੜ ਦਾ ਇਹ ਇਹ ہزار ਕੱਟਾ ਤੁਹਾਨੂੰ ਪਹੇਚ ਗਿਆ ਇੱਥੇ ਘਰ ਪਹੁੰਚ ਜੀ ਜੀ ਅੱਛਾ 3 ਕਰੋੜ ਦਾ 100 ਕੱਟਾ ਇਹ ਤੁਹਾਨੂੰ ਬਈ ਜਾਨ ਪਹੁੰਚ ਪਾਈ ਗਈ ਹੈ ਤੇ ਮਾਸ਼ਾਅੱਲਾ ਦੇਖ ਲਓ ਪੂਰਾ 1000 ਕੱਟਾ ਹੈ ਹਾਂਜੀ 2 ਲੱਖ ਕੁਝ ਅੰਦਰ ਵੀ ਨੇ ਤੇ ਹੁਣ ਇਸ ਮੁਤਾਬਕ ਆਈਡੀਆ ਲਾਵਿਆ ਨਤ ਪਰ 9 ਲੱਖ ਰੁਪਏ ਦਾ ਮੇਰੀ ਸਮਝ ਹੈ ਨਹੀਂ ਜ਼ਿਆਦਾ ਵੀ ਹੈ ਵਿੱਚ ਮਾਸ਼ਾਅੱਲਾ ਜਾਨਵਰ ਬਹੁਤ ਕਾਫੀ ਗਰੋਥ ਕਰਦੇ ਨੇ ਹਾਂਜੀ ਸਾਡਾ ਜਨਾਬ ਨਾ ਆਪਣਾ ਹੀ ਸੈਲਜ ਵੰਡਾ ਹੁੰਦਾ ਹੈ ਤੇ ਸਾਰਾ ਸਿਸਟਮ ਡੇਲੀ ਦਾ ਇੱਕ ਠੇ ਤੇ ਕਿੰਨਾ ਖਰਚਾ ਹੈ ਡੇਲੀ ਦਾ ਇੱਕ ਠੇ ਤੇ 200 ਰੁਪਏ ਖਰਚਾ ਹੈ ਡੇਲੀ 200 ਖਰਚਾ ਹੁੰਦਾ ਹੈ ਤੇ ਗਰੋਥ ਕਿ ਨਹੀਂ ਕਰਦਾ ਹੈ ਗਰੋਥ ਜਨਾਬ 1 ਕਿਲੋ ਜਿਹੜਾ ਡੇਲੀ ਦਾ ਦਿੱਤਾ ਡੇਲੀ ਕਰਦਾ ਮਤਲਬ ਕਿ ਸਾਡੇ 3-400 ਰੁਪਏ ਡੇਲੀ ਦਾ ਤੁਹਾਡਾ ਆ ਰਿਹਾ ਹੈ ਆ ਰਿਹਾ ਤੇ ਇਹਨਾਂ ਚ ਕੋਈ ਮਰੇ ਵੀ ਨੇ ਜਾਂ ਕੋਈ ਹੋਇਆ ਵੀ ਹੈ ਕਿ ਚ ਕੋਈ ਸਿਸਟਮ ਲੱਗ ਹੀ ਜਾਂਦਾ ਜੀ ਫਿਰ ਨਿਜ਼ਾਮ ਜੋ ਹੈ ਨਾਲ ਚਲਦੇ ਨਾ ਵਾਦਾ ਘਟਕ ਹੁੰਦਾ ਬਹਰਲ ਕਾਫੀ ਮਾਸ਼ਾਅੱਲਾ ਬਿਹਤਰ ਜਾਨ ਬਿਹਤਰ ਹੈ ਤੇ ਇਹ ਹੁਣ ਮੇਰੇ ਖਾਲ ਨਾਲ ਵੇਚੀਏ ਵੀ ਤੇ 10 ਕਰੋੜ ਰੁਪਏ ਦੇ ਇਹ ਕਿੰਨੀ ਦਿਨ ਪਹਿਲੇ ਪਰਚੇਜ਼ ਕੀਤੇ ਸੀ ਇਹ ਸਰ ਮੈਨੂੰ 3 ਸਾਢੇ 3 ਮਹੀਨੇ ਹੋ ਗਏ ਨੇ ਕਿੰਨਾ 4 ਮਹੀਨੇ ਹੋ ਗਏ ਨੇ ਚਾਰ ਮਹੀਨੇ ਹੋ ਗਏ ਨੇ ਤੂੰ ਅੱਤੀ 35 ਖੇ ਤੇ ਹੁਣ ਲੱਖ ਰੁਪਈਆ ਮਾਸ਼ਾਅੱਲਾ ਤੂੰ ਆਡੂ ਖਰ 2 ਕਰੋੜ ਖਰਚਾ ਕਰ ਲੋ 3 ਕਰੋੜ ਦੀ ਤੁਹਾਨੂੰ ਫਿਰ ਵੀ ਬਚਤ ਹੈ ਡੇਲੀ ਦਾ ਜਿਹੜਾ ਹੈ ਨਾ ਜੀ 30 ਤੋਂ 35000 ਰੁਪਈਆ ਜਿਹੜਾ ਹੈ ਨਾ ਇਹਨਾਂ ਦਾ ਖਰਚਾ ਹੈ ਡੇਲੀ ਦਾ ਖਰਚਾ ਹੈ ਆ ਤੇ ਇਹ ਜਗ੍ਹਾ ਕਿੰਨੀ ਹੈ ਜੀ ਆ ਵੇਖੋ ਨਾ ਨਾਲ ਕਾਫੀ ਖੁੱਲੀ ਮਾਸ਼ਾਅੱਲਾ ਜਗ੍ਹਾ ਦਾ ਵੀ ਇੰਤਜ਼ਾਮ ਐ ਮੈਂ ਕਹਿੰਦਾ ਤਿੰਨ ਇੱਕ ਕਿੱਲੇ ਜਿਹੜੀਆਂ ਨਾ ਜਿੰਦੇ ਵਿੱਚ ਚਰਨੇ ਇਹ ਉਹ ਸਾਰਾ 7 ਕਿੱਲੇ ਟੋਟਲ ਹਜ਼ਾਰ ਕੱਟੇ ਵਾਸਤੇ 7 ਕਿੱਲੇ ਆ। ਉਹ ਵਿੱਚ ਇੱਕ ਕਿੱਲੇ ਦੇ ਕਿੰਨਾ ਤਲਾਬ ਵੀ ਹੈ। ਦੋਸਤੋ ਤਲਾਬ ਵੀ ਵਿਖਾ ਸਕਣਾ ਸਾਰਾ ਸੈਟਅਪ ਵਿਖਾ ਦੇਣਾ بڑے ਲੈਵਲ ਤੇ ਫਾਰਮਿੰਗ ਨੇ। ਉਹਨਾਂ ਵਾਸਤੇ ਇਹ بڑا ਤੁਸੀਂ ਨਜ਼ਾਰਾ ਸਾਰਾ ਤੁਹਾਨੂੰ ਤਫਸੀਲ ਨਾਲ ਦੱਸਾਂਗਾ। ਉਹਨਾਂ ਵਾਸਤੇ ਬੜੀ ਵੱਡੀ ਇਨਫੋਰਮੇਸ਼ਨ ਹੈ ਤੇ ਆਪਣੇ ਬੰਦੇ ਸੰਦੇ ਕੰਮ ਸ਼ਾਮ ਕਰਦੇ ਅੱਛਾ ਕਿੰਨੇ ਬੰਦੇ ਲਾਏ ਹੋਏ ਨੇ ਬੰਦੇ ਮੇਰੇ ਕੋਲ ਜੀ 5 ਬੰਦੇ ਨੇ 5 ਬੰਦੇ ਯਾਰ ਹਜ਼ਾਰ ਕੱਟੇ 5 ਬੰਦਾ ਕਿਵੇਂ ਖੇ ਸਮਾੜ ਲੈਂਦੇ ਨੇ ਜੀ ਮਸਲੇਜ ਆਪਣਾ ਬਣਾਇਆ ਹੋਇਆ ਹੈ ਸੈਲਜ ਆਪਣਾ ਬਣਾਇਆ ਹੈ ਟਰਾਲੀਆਂ ਟਰੈਕਟਰ ਸਾਰੇ ਟਰਾਲੀਆਂ ਟਰੈਕਟਰ ਸਾਰਾ ਅੱਛਾ ਇਹ ਟਰਾਲੀ ਨਾਲ ਤੁਸੀਂ ਜਿਹੜੇ ਇਹ ਵਿੱਚੋਂ ਗੈਪ ਨੇ ਇਹ ਟਰਾਲੀ ਗੈਪ ਨਾਲ ਤੁਸੀਂ ਜਿਹੜਾ ਹੈ ਨਾ ਓਝ ਲੈਂਦੇ ਤੇ ਰਾਤ ਦਾ ਸਿਸਟਮ ਆ ਹੋਇਆ ਹੈ ਜੀ ਰਾਤ ਦਾ ਰਾਤ ਦਾ ਦੋ ਦੂ ਵੇਲੇ ਟੈਂਟ ਲੱਗੇ ਹੋਏ ਨੇ ਮਾਸ਼ਾਅੱਲਾ ਚੰਗੇ ਅੱਗੇ ਆਓ ਭਾਈ ਜੀ ਜਿਹੜੇ ਦੋਸਤ ਫਾਰਮਿੰਗ ਕਰਨਾ ਚਾਹੁੰਦੇ ਨੇ ਉਹਨੂੰ ਕੀ ਮਸ਼ਹਰਾ ਦੇਵੋਗੇ ਤੁਸੀਂ ਬਹੁਤ ਅੱਛਾ ਕੰਮ ਹੈ ਭਾਈ ਜਾਨ ਇਹ ਕਰਨਾ ਚਾਹੀਦਾ ਭਾਈ ਨੂੰ ਜਿਹੜੇ ਭਾਈ ਜਨਾਬ ਪੈਸੇ ਬੈਂਕ 'ਚ ਰੱਖ ਦਿੰਦੇ ਨੇ ਉਹਦਾ ਫਾਇਦਾ ਨਹੀਂ ਹੈ ਅੱਛਾ ਏ ਭਾਈ ਜਾਨ ਮਾਸ਼ਾਅੱਲਾ ਨਾ ਮੈਂ ਹੁਣ ਛੋਟੇ ਛੋਟੇ ਲੈਨੇ ਤੁਹਾਡੇ ਅੱਖੀ ਦੇ ਸਾਹਮਣੇ ਨੇ ਮਾਸ਼ਾਅੱਲਾ ਮਾਸ਼ਾਅੱਲਾ ਸੁਥਰੇ ਨੇ ਬੜੇ ਤੰਦਰੁਸਤ ਨੇ ਸਾਰੇ ਮੋਟੇ ਕੱਟੇ ਨੇ ਮਾਸ਼ਾਅੱਲਾ ਇਹ ਵੇ ਡੇ ਡੇ ਲੱਖ ਦੇ ਵੀ ਬੱਚੇ ਕੱਟੇ ਆਣਗੇ ਕੱਟੇ ਹੈ ਜੀ ਤੇ ਇਹ ਵਿੱਚ ਜਿਹੜੀਆਂ ਗਲਤੀਆਂ ਕੋਤਾਖੀਆਂ ਜਿਹੜੇ ਨਵੇਂ ਫਾਰਮਰ ਸਾਡਾ ਨਵਾਂ ਫਾਰਮਰ ਸੀ ਨਾ ਪਹਿਲਾ ਪਹਿਲਾ ਫਲਾਗ ਸੀ ਪਹਿਲਾ ਜੀ ਤੇ ਮਾਸ਼ਾਅੱਲਾ ਬੜੀ ਬੱਚਤ ਹੈ ਪਹਿਲੇ ਫਲਾਗ ਵਿੱਚ ਵੀ ਬੜੀ ਬੱਚਤ ਹੈ ਜੀ ਜੀ ਅਸੀਂ ਵਿੱਚ ਤਿੰਨ 100 ਡੰਗਰ ਵੇਚਿਆ ਵੀ ਹੈ ਜੀ तकरीबन ਨਜ਼ਾਰ ਦੇ ਨਜ਼ਦੀਕ ਹੈ ਉਹ ਕੀ ਪਰਪੂਠਾ ਆ ਵੀ ਕਿਹਾ ਜੀ ਉਹ ਸਾਰਾ ਅਸੀਂ ਵ ਸਲੈਟਰ ਕਰਾਇਆ ਨੇ ਜਾਂ ਕਿਸੇ ਬੰਦੇ ਨੂੰ ਦਿੱਤੇ ਨੇ ਫੈਕਟਰੀ ਇਚ ਫੈਕਟਰੀ ਦੇ ਅੱਛਾ ਸਲੈਟਰ ਕਰਾਇਆ ਨੇ ਤੇ ਮਾਸ਼ਾਅੱਲਾ ਇਹ ਦੋਸਤਾਂ ਨੂੰ ਕੀ ਮਸ਼ਵਰਾ ਦਿਓਗੇ ਇਹ ਕੱਟਿਆਂ ਦਾ ਕੰਮ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਮੁਨਾਫਾ ਬਖਸ਼ੇ ਬਹੁਤ ਜ਼ਿਆਦਾ ਮੁਨਾਫਾ ਕਮਾਉਣ ਲਈ ਬੰਨੇ ਪੈਸੇ ਵਧਾਉਣੇ ਨੇ ਮੇਰੇ ਭਰਾ ਉਹ ਇਹ ਕੰਮ ਸ਼ੁਰੂ ਕਰ ਲੈ ਕਰ ਲੈਣ ਕੱਟਾ ਬੱਛਾ ਵੀ ਲੈ ਸਕਦੇ ਨੇ ਬੱਛਾ ਫਾਰਮਿੰਗ ਵੀ ਕਰ ਜਗਾ ਅੱਛਾ ਤੁਸੀਂ ਨਹੀਂ ਕਰਦੇ ਮਾਸ਼ਾਅੱਲਾ ਅਸੀਂ ਕੱਟੇ ਦੇ ਕਰਨੇ ਆ ਸਾਡਾ ਕੱਟੇ ਦਾ ਹੀ ਅੱਛਾ ਇਹ ਹੁਣ ਤੁਹਾਡਾ ਕੀ ਹੈ ਮਤਲਬ ਕਿ ਜ਼ਹਿਨ ਇਹ ਹੈ ਮੇਰੇ ਖਿਆਲ ਨਾਲ ਜੇ ਮੈਂ ਤੁਹਾਨੂੰ ਆਖਿਆ ਅਸੀਂ ਛੋਟੀ ਹੀ ਤੇ ਵੇਚ ਛੋਟੀ ਤੇ ਵੇਚ ਕੇ ਫਿਰ ਦੁੱਧ ਦੁੰਦੇ ਵਿੱਚ ਲਾਓਗੇ ਜੀ ਜੀ ਫਿਰ ਅਸੀਂ ਬੱਚਾ ਲਾ ਕੇ ਕਰਾਂਗੇ ਫਿਰ ਦੁੰਦੇ ਲਾਓਗੇ ਬਸ ਕੱਟੇ ਵੇਚ ਕੇ ਮਤਲਬ ਹੈ ਕਿ ਇਹ ਕੱਟਿਆਂ ਦਾ ਜਿਹੜਾ ਜ਼ਿਆਦਾ ਟ੍ਰਾਪ ਤੇ ਇਹ ਵੀ ਇਹ ਛੋਟੀ ਹੀ ਤੇ ਵੇਚ ਲਓ ਜੀ ਵੱਚੇ ਦੁੰਦੇ ਨਾ ਜ਼ੈਰ ਉਹ ਵੀ 50 50000 60 ਲੱਖ ਲੱਖ ਰੁਪਏ ਮਜ਼ਦੂਰੀ ਕਰ ਜਾਂ। ਤੇ ਇਹਦੇ ਵਿੱਚ ਗਲਤੀਆਂ ਕੁਤਾਈਆਂ ਵੀ ਬਈ ਹੋਈਆਂ ਹੀ ਹੋਣੇ ਕਿ ਕਿਹੜਾ ਵੱਡਾ ਸੈਟਅਪ ਹੈ। ਮਾਸ਼ਾਅੱਲਾ ਐਡਾ ਵੱਡਾ ਕੰਮ ਹੈ ਜੀ ਫਿਰ ਤੁਹਾਨੂੰ ਪਤਾ ਹੈ ਤਾਂ ਮਸਲਾ ਹੋ ਹੀ ਜਾਂਦਾ ਹੈ। ਨਵੇਂ ਬੰਦੇ ਆਣ ਉਹ ਅਲਹਮਦੁਲਿਲਾ ਸਾਨੂੰ ਕਾਫੀ ਤਜਰਬਾ ਹੋ ਗਿਆ। ਸਾਡੇ ਜਾਨਵਰ ਵੇਖੋ ਨਾ ਭਾਈ ਜਾਨ ਮਾਸ਼ਾਅੱਲਾ ਕਾਫੀ ਜਾਨਵਰ ਨਹੀਂ ਸਾਰੇ ਗ੍ਰੋਥ ਕਰਨ ਵਾਲੇ ਮਾਸ਼ਾਅੱਲਾ ਦੋਸਤੋ ਵੇਖੋ ਤੁਸੀਂ ਮਾਸ਼ਾਅੱਲਾ ਬੜਾ ਭਾਈ ਦਾ ਸੈਟਅਪ ਹੈ। ਤੇ ਬੜਾ ਅੱਛਾ ਮੁਨਾਫਾ ਆਖਸ਼ ਹੈ 2 ਕਰੋੜ ਹੈ 2 ਕਰੋੜ ਖਰਚਾ ਕਾ 3 ਕਰੋੜ ਦੇ ਕੱਟੇ ਪਰਚੇਜ਼ ਕੀਤੇ 2 ਕਰੋੜ ਖਰਚਾ 5 ਕਰੋੜ ਇਸ ਟਾਈਮ 10 ਕਰੋੜ ਦਾ ਮਾਲ ਹੈ ਤੇ ਜਗ੍ਹਾ ਦਾ ਵੀ ਬੰਦਿਆਂ ਦਾ ਵੇਖੋ ਨਾ ਸਾਰਾ ਸਿਰ ਬਹੁਤ ਵੱਡਾ ਫਾਰਮ ਹੈ ਪੂਰੇ ਪੰਜਾਬ ਤੂੰ ਸਭ ਤੋਂ ਵੱਡਾ ਫਾਰਮ ਪੂਰੇ ਪੰਜਾਬ ਤੂੰ ਸਭ ਤੋਂ ਵੱਡਾ ਫਾਰਮ ਹੈ ਦੋਸਤੋ ਵੇਖੋ ਤੇ ਭਾਈ ਕੋਲ ਬੜੀ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਪਈ ਹੈ ਦੋਸਤੋ ਐਂਦਾ ਕਾਰੋਬਾਰ ਹੈ ਬੜਾ ਫਾਇਦਾ ਦੇਖੋ ਮਾਸ਼ਾਅੱਲਾ ਬੜੇ ਗਰੋਥ ਵਾਲੇ ਬੜੇ ਵੱਡੇ ਕੱਟੇ ਨੇ ਵਿੱਚ 1 ਕਿਲੋ 1.5 ਕਿਲੋ ਦਾ ਤਲਾਬ ਬਣਾਇਆ ਭਾਈ ਜਾਨੇ 1.5 ਕਿਲੋ ਦਾ ਤਲਾਬ ਬਣਾਇਆ ਕਿਲੋ ਦਾ ਤਲਾਬ ਬਣਾਇਆ ਅੱਛਾ ਜਨਾਬ ਨਾ ਹੁੰਦਾ ਕੋਈ ਪਾਣੀ ਸਿਸਟਮ ਨੇ ਖੁੱਲਾ ਹੈ ਇਹਨਾਂ ਦਿਲ ਕਰੇ ਅੰਦਰ ਵਗ ਜਾਵੇ ਦਿਲ ਕਰੇ ਬਾਹਰ ਆ ਜਾਵੇ ਜੀ ਕੋਈ ਮਸਲਾ ਹੀ ਨਹੀਂ ਮਾ ਇਹ ਮਾਸ਼ਾਅੱਲਾ ਖਰੀਦੇ ਕਿੰਦੇ ਕੋਲ ਕਿੱਥੋਂ ਖਰੀਦੇ ਆਓ ਇਹ ਸਾਰਾ ਸੀ ਬਾਈ ਅਫਜ਼ਲ ਸਾਹਿਬ ਕੋਲੋਂ ਲਿਆ ਸੀ ਆ ਜ਼ਾਹਰ ਮੈਂ ਨਵਾਂ ਚੈਨਲ ਬਣਾਇਆ ਮੇਰੇ ਕੋਲ ਹੀ ਮਾਸ਼ਾਅੱਲਾ ਇਹ ਤੁਹਾਨੂੰ ਅਫਜ਼ਲ ਸਾਹਿਬ ਕੋਲੋਂ ਜੀ ਖਰੀਦੇ ਸੀ ਕੁਛ ਮੇਰੇ ਖਰੀਦੇ ਕੁਛ ਲਾ ਮੁਲਾਇਆ ਸੀ ਇਹਦੇ ਜੀ ਜਨਾਬ ਲੈਦਾ ਹੋਰ ਦੋਸਤਾਂ ਕੋਲੋਂ ਖਰੀਦੇ ਸੀ ਅੱਛਾ ਤੁਸੀਂ ਨਾ ਸਾਫ਼ ਜ਼ਾਹਰ ਗੱਲ ਕਰਨੀ ਜਿਹੜਾ ਮੰਡੀਆਂ ਚੋਂ ਲੈਣਾ ਜਾਂ ਕਿਸੇ ਦੇ ਕਿੱਲੇ ਜਾਣ ਕੀ ਫਰਕ ਹੈ ਨਹੀਂ ਨਹੀਂ ਮੰਡੀਆਂ ਤੇ ਤਾਂ ਨੇਰਾ ਦਾ ਦੱਪਾ ਹੁੰਦਾ ਹੈ ਮੰਡੀਆਂ ਤੋਂ ਵੀ ਤੁਸੀਂ ਕਿੰਨਾ ਖਰੀਦੇ ਨੇ ਮੰਡੀਆਂ ਤੋਂ ਕਿੰਨਾ ਖਰੀਦੇ ਨੇ ਅਸੀਂ ਤਕਰੀਬਨ 3-100 ਖਰੀਦੇ ਅੱਛਾ ਕਿਹੜੀ ਲਾਹੌਰ ਮੰਡੀ ਤੋਂ ਖਰੀਦੇ ਨੇ ਲਾਹੌਰ ਮੰਡੀ ਤੋਂ ਖਰੀਦੇ ਸੀ ਕੀ ਫਰਕ ਲਾਹੌਰ ਦਾ ਤੇ ਇੱਥੋਂ ਕਿਸੇ ਦੇ ਡੇਰੇ ਜਾਣਾ ਕੀ ਫਰਕ ਹੈ ਉਹ ਡੇਰੇ ਵਾਲੇ ਮਾਲ ਸਾਨੂੰ ਸਹੀ ਮਿਲਿਆ ਸੀ ਮੰਡੀਆਂ ਵਾਲੇ ਸਹੀ ਨਹੀਂ ਇਹ ਜਾਂ ਇਹ ਵੇਖੋ ਨਾ ਜੀ ਤੁਹਾਡੇ ਸਾਹਮਣੇ ਆ ਗਿਆ ਹਾਂ ਹਾਂਜੀ ਮਾਸ਼ਾਅੱਲਾ ਭਾਈ ਜੀ ਤੁਹਾਡੇ ਕੋਲ ਹੀ ਲਿਆ ਸੀ ਚੈੱਕ ਕਰੋ 30000 ਦਾ ਤੁਸਾਂ ਦਿੱਤਾ ਸੀ ਆ 30000 ਦੋਸਰੇ ਪੁੱਠੇ ਦੀ ਤਿੰਨ ਦੇ ਵਿੱਚ ਕਿ ਮਾਸ਼ਾਅੱਲਾ ਹੁਣ ਸਾਰੇ ਇਧਰ ਇਧਰ ਕਰੋ ਨਾ ਜੀ ਹਾਂਜੀ ਹਾਂਜੀ ਆ ਵੇਖੋ ਮਾਸ਼ਾਅੱਲਾ ਬਨੂ ਆਪ ਹੀ ਨਜ਼ਰ ਆਉਂਦੇ ਪੈ ਨੇ ਤੁਸੀਂ ਸਿਆਣੇ ਨਹੀਂ ਸਕਦੇ ਨੇ ਵੀ ਉਹ ਕਿੱਥੇ ਉਹ ਨਹੀਂ 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 ਮਾਸ਼ਾਅੱਲਾ ਸਹੀ ਹੈ ਤਿੰਨ ਸਾਢੇ ਤਿੰਨ ਮਹੀਨੇ ਹੋ ਗਏ ਨੇ ਸਾਢੇ ਤਿੰਨ ਮਹੀਨੇ ਹੋਰ ਰੱਖ ਕੇ ਤੁਸੀਂ ਸੇਲ ਕਰ ਦਿਓਗੇ ਜੀ ਜੀ ਅੱਗੇ مزید ਤੁਹਾਨੂੰ ਦੋਸਤਾਂ ਨੂੰ ਤਲਾਬ ਦਾ ਵੀ ਨਜ਼ਾਰਾ ਵਿਖਾਉਣਾ ਆ ਸਾਰਾ ਵੇਖੋ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਅਲਹਮਦੁਲਿਲਾ ਫਾਰਮ ਹੈ ਇਹ ਜ਼ਿਲ੍ਹਾ ੁਕਾੜਾ ਵਿੱਚ ਮੇਰੇ ਪਿੰਡ ਤੋਂ 5-6 ਕਿਲੋਮੀਟਰ ਨਾਲ ਹੀ ਹੈ ਫਾਰਮ ਹੈ ਮੇਰੇ ਪਿੰਡ ਤੋਂ ਨਾਲ ਹੀ 5-6 ਕਿਲੋਮੀਟਰ ਫਾਰਮ ਹੈ ਦੋਸਤੋ ਤਸੱਲੀਆਂ ਕਰੋ ਮਾਸ਼ਾਅੱਲਾ ਪੂਰਾ 1000 ਕਟਾ ਜੇ ਵਿੱਚ 200 ਨਿਕਲ ਗਿਆ ਸਟਿਲ ਜਿਹੜਾ ਹੈ ਉਹ 800 ਕਟਾ ਹੈ ਤੇ ਮਾਸ਼ਾਅੱਲਾ 222 ਦਾ ਸਾਲਾ ਜੇ ਕਮਾਉਂਦ ਟਰੈਕਟਰ ਹਰ ਚੀਜ਼ ਆਪਣੀ ਇਹਨਾਂ ਨੇ ਪ੍ਰੋਵਾਈਡ ਕੀਤੀ ਹੋਈ ਹੈ ਜ਼ਮੀਨ ਆਪਣੀ ਹੈ ਤਾਂ ਵਾਸਤੇ ਇਹਨਾਂ ਨੂੰ ਜ਼ਿਆਦਾ ਫਾਇਦਾ ਤੇ ਜ਼ਿੰਮੇਦਾਰ ਬੰਦੇ ਨੇ ਇਹ ਤੁਸੀਂ ਦਿੱਲੀ ਇੱਥੇ ਸਰ ਜੀ ਹੁੰਦੇ ਹੋ ਜਾਂ ਕਿਦਾਂ ਦਿਨ ਬਾਅਦ ਹੁੰਦੇ ਹੋ ਇੱਥੇ ਵਿਜ਼ਿਟ ਕਰੋ ਤਕਰੀਬਨ ਕੋ ਹਫਤੇ ਬਾਅਦ ਕੋ ਦੋ ਹਫਤੇ ਬਾਅਦ ਆਉਂਦਾ ਅੱਛਾ ਹਫਤੇ ਬਾਅਦ ਤੁਸੀਂ ਨਹੀਂ ਵੀ ਹੁੰਦੇ ਪਿੱਛੇ ਨਿਜ਼ਾਮ ਸਹੀ ਚੱਲਦਾ ਰਹਿੰਦਾ ਹੈ ਕੋਲੇ ਮੁੰਚੀ ਸਾਹਿਬ ਤਾਰਕ ਮੁੰਚੀ ਮੇਰਾ ਮਾਸ਼ਾਅੱਲਾ ਕੰਮ ਠੀਕ ਕਰਦਾ ਅੱਛਾ ਬੜਾ ਜ਼ਿੰਮੇਦਾਰ ਬੰਦਾ ਹੈ ਜ਼ਾਹਰ ਐਡੇ ਵੱਡੇ ਸਟਾਫ ਨੂੰ ਚਲਾਣਾ ਵੇ ਤੇ ਇੱਕ ਜਿਹੜਾ ਕਾਬਲ ਇਤਮਾਦ ਬੰਦਾ ਜ਼ਿੰਮੇਦਾਰ ਬੰਦਾ ਜਿਹੜਾ ਬੜਾ ਲਾਜ਼ਮੀ ਹੋਣਾ ਹੈ ਅੱਛਾ ਆਦਮੀ ਇਹ ਮੇਰੇ ਜਿਹੜੇ ਬੰਦੇ ਨੇ ਬਾਈ ਅਜ਼ਰ ਹੈ ਛੋਟਾ ਹੈ ਕੰਮ ਮਾਸ਼ਾਅੱਲਾ ਠੀਕ ਕਰਦੇ ਨੇ ਠੀਕ ਕਰਦੇ ਨੇ ਕੋਈ ਮਸਲਾ ਨਹੀਂ ਤੇ ਦੋਸਤਾਂ ਨੂੰ ਮੈਂ ਮਜ਼ੀਦ ਜਿਹੜਾ ਹੈ ਨਾ ਤਲਾਬ ਦਾ ਵੀ ਨਜ਼ਾਰਾ ਕਰਾ ਦੇਵਾਂ ਦੋਸਤੋ ਇਹ ਤਲਾਬ ਜੇ ਸਾਰੀ ਲੋਕੇਸ਼ਨ ਮੈਂ ਤੁਹਾਨੂੰ ਵਿਖਾ ਰਿਹਾ ਤਾਂ ਕਿ ਕੋਈ ਵੀ ਨਕਸ਼ਾ ਦੋਸਤਾਂ ਦੇ ਫਾਰਮ ਦੇ ਵਿੱਚ ਆ ਜਾਵੇ ਠੀਕ ਹੈ ਆਈਡੀਆ ਦੇ ਵਿੱਚ ਆ ਜਾਵੇ ਮਤਲਬ ਨਾ ਤੁਹਾਨੂੰ ਇੱਕ ਨਾ ਆਸਾਨੀ ਪੈਦਾ ਕਰ ਲਾ ਕਿ ਫਾਰਮ ਬਣਾਣਾ ਹੋਵੇ ਕਿਵੇਂ ਬਣਾਣਾ ਇਹ ਨਾਲ ਪਾਣੀ ਹੈ ਇਹ ਪਾਣੀ ਵਿੱਚ ਤੁਸੀਂ ਮੱਛੀ ਫਾਰਮ ਵੀ ਕਰ ਸਕਦੇ ਨੇ ਇਹ ਪਾਣੀ ਤੇ ਐਕਸਟਰਾ ਕੰਮ ਜਿਹੜਾ ਇਹਨਾਂ ਨਹੀਂ ਕੀਤਾ ਹੋਇਆ ਇਸ ਦੇ ਵਿੱਚ ਨਾਲ ਤੁਸੀਂ ਐਕਸਟਰਾ ਮੱਛੀ ਫਾਰਮ ਵੀ ਕਰ ਸਕਦੇ ਹੋ ਇਹ ਤਲਾਬ ਤਕਰੀਬਨ 1.5 ਕਿੱਲੇ ਵਿੱਚ ਹੈ 1.5 ਕਿਲੇ ਤਲਾਬ ਹੈ ਨਾਲ ਅੱਗੇ ਉਹਨਾਂ ਨੂੰ ਆ ਖੁੱਲੀ ਜਗ੍ਹਾ 2.5 ਕਿਲਾ ਫਿਰ ਉਹਨਾਂ ਖੁੱਲੀ ਜਗ੍ਹਾ ਛੱਡੀ ਹੈ ਕਿ ਬੈਠ ਸਕਣ ਆਬਦਾਨਾ ਰੈਸਟ ਕਰ ਸਕਣ ਠੀਕ ਹੈ ਅੱਗੇ ਜਾ ਕੇ ਫਿਰ ਚਰਨੇ ਹੁੰਦੇ ਨੇ ਅੱਗੇ ਤੁਹਾਨੂੰ ਮਜ਼ੀਦ ਉਹ ਵੀ ਵਿਖਾਣੇ ਆ ਕਿਸੇ ਵੀ ਫਾਰਮਿੰਗ ਕਰਨੀ ਹੋਵੇ ਨਾ ਤੇ ਇੰਦਾ ਨਕਸ਼ਾ ਚਾਹੇ ਜਗ੍ਹਾ ਥੋੜੀ ਵੀ ਹੋਵੇ ਤੇ ਇਸ ਦੇ ਮੁਤਾਬਕ ਤੁਸੀਂ ਕਰ ਸਕਦੇ ਹੋ ਬਹੁਤ ਅੱਛੀ ਲੋਕੇਸ਼ਨ ਹੈ ਬਹੁਤ ਵੱਡਾ ਪਲੇਟਫਾਰਮ ਹੈ ਤੇ ਅੱਛਾ ਜਿਹੜਾ ਹੈ ਇਹਨਾਂ ਸੈਟਅਪ ਬਣਾਇਆ ਹੋਇਆ ਹੈ ਤੇ ਦੋਸਤੋ ਤੁਸੀਂ ਵੇਖੋ ਨਜ਼ਾਰਾ ਕਰੋ ਇਨਸ਼ਾਅੱਲਾ ਤੁਸੀਂ ਵੀਡੀਓ ਵੇਖੋ ਜਿਹੜੇ ਫਾਰਮਿੰਗ ਜ਼ਰਾਤ ਵੀਡੀਓ ਉਹਨੂੰ ਵੇਖਣਾ ਚਾਹੁੰਦੇ ਨੇ ਉਹਨਾਂ ਨੂੰ ਫਾਇਦਾ ਸਭ ਤੋਂ ਜ਼ਿਆਦਾ ਇੰਨਾ ਵੱਡਾ ਫਾਰਮ ਹੈ ਹਜ਼ਾਰ ਕਟੇ ਦਾ ਕਿਦਰੇ ਵੀ ਨਹੀਂ ਇੱਥੇ ਹੀ ਹੈ ਅਲਹਮਦੁਲਿਲਾ ਤੇ ਤੁਹਾਨੂੰ ਫਾਇਦਾ ਜ਼ਰੂਰ ਮਿਲੇਗਾ ਦੋਸਤੋ ਤਫਸੀਲ ਨਾਲ ਵੇਖ ਲਓ ਤੁਹਾਡੇ ਵਾਸਤੇ ਇਹ ਤੁਹਾਡਾ ਮੇਜ਼ਬਾਨ ਮੁਹੰਮਦ ਅਫਜ਼ਲ ਨੀਲੀ ਰਾਵੀ ਫਾਰਮਿੰਗ ਤੋਂ ਵੀਡੀਓ ਲੈ ਕੇ ਆਇਆ ਹੈ ਤੇ ਇਹ ਵੀਡੀਓ ਇਨਫੋਰਮੇਸ਼ਨ ਕਿਹੜੇ ਟਾਈਮ ਤੇ ਕਿਹੜਾ ਫਲਗ ਪਾਉਣਾ ਹੈ ਕਿਹੜੇ ਟਾਈਮ ਤੇ ਕਿਹੜਾ ਪਾਉਣਾ ਜਦੋਂ ਵੇਚਣਾ ਸਾਰੀ ਇਨਫੋਰਮੇਸ਼ਨ ਤੁਹਾਨੂੰ ਮੈਨੂੰ ਮੇਰੇ ਕੋਲ ਵਟਸਐਪ ਤੇ ਵੀ ਮਿਲ ਸਕਦੀ ਹੈ ਤੇ ਇਸ ਚੈਨਲ ਨੂੰ ਤੁਸੀਂ ਕਰੋ ਜਿਆਦਾ ਜਿਆਦਾ ਸਬਸਕ੍ਰਾਈਬ ਇਹ ਤੁਹਾਡਾ ਆਪਣਾ ਚੈਨਲ ਹੈ ਇਸ ਤੇ ਐਡੀ ਇਨਫੋਰਮੇਸ਼ਨ ਵੱਡੀ ਹਰ ਬੰਦਾ ਮਖਲਸ ਹੋ ਕੇ ਨਹੀਂ ਦਿੰਦਾ ਦੋਸਤੋ ਤਸਲੀਆਂ ਕਰੋ ਪੂਰੇ ਹਜ਼ਾਰ ਕੱਟੇ ਦਾ ਤੁਹਾਨੂੰ ਦਦਾਰ ਸਾਰਾ ਕਰਾ ਦਿੰਨੇ ਆ ਪੂਰਾ ਹਜ਼ਾਰ ਕੱਟੇ ਸਾਰੇ ਕੱਟੇ ਗਰੋਥ ਕਰਨ ਵਾਲੇ ਨੇ ਚੈੱਕ ਕਰ ਲਓ ਮਾਸ਼ਾਅੱਲਾ ਸਾਰੇ ਕੱਟੇ ਗਰੋਥ ਕਰਨ ਵਾਲੇ ਨੇ ਵੇਖੋ ਸਾਰੇ ਕੱਟੇ ਮਾਸ਼ਾਅੱਲਾ ਮੋਟੇ ਨੇ ਤੇ ਬੜਾ ਖੁੱਲਾ ਸੈਟਅਪ ਹੈ ਅੱਛੇ ਨੇ ਕੋਈ ਵੀ ਬੰਦਾ ਕਾਰੋਬਾਰ ਬਿਜ਼ਨਸ ਕਰਨਾ ਚਾਹਵੇ ਐਂਦਾ ਵੀ ਦੋਸਤੋ ਕਰ ਸਕਦਾ ਹੈ ਤਸੱਲੀ ਕਰੋ ਮਾਸ਼ਾਅੱਲਾ ਸਾਢੇ 3 ਮਣ 4 ਮਣ ਆਰਾਮ ਨਾਲ ਕੱਟੇ ਨੇ ਸਾਢੇ 3 ਮਣ 4 ਮਣ ਸਰ ਆਰਾਮ ਨਾਲ ਕੱਟੇ ਨੇ ਸਾਰੀਆਂ ਆਪਣੀਆਂ ਤਸੱਲੀਆਂ ਕਰ ਲਓ ਦੋਸਤੋ ਬੜਾ ਵੱਡਾ ਪਲੇਟਫਾਰਮ ਹੈ ਮਾਸ਼ਾਅੱਲਾ ਜਿਹੜਾ ਰਾਤ ਦੋਸਤ ਫਾਰਮਿੰਗ ਕਰਨਾ ਚਾਹੁੰਦੇ ਨੇ ਉਹ لازਮੀ ਇਸ ਨੂੰ ਮੇਰੀ ਵੀਡੀਓ ਵੇਖੋ ਲਾਜ਼ਮੀ ਤੁਹਾਨੂੰ ਇਸ ਤੋਂ ਬੜਾ ਫਾਇਦਾ ਮਿਲ ਸਕਦਾ ਹੈ ਵੇਖੋ ਬੜਾ ਫਾਇਦਾ ਮਿਲ ਸਕਦਾ ਮਾਸ਼ਾਅੱਲਾ ਬੜਾ ਹਜ਼ਾਰ ਕੱਟਾ ਪੂਰਾ ਪੂਰੇ ਹਜ਼ਾਰ ਕੱਟੇ ਦੀ ਵੀਡੀਓ ਲੈ ਕੇ ਆਇਆ ਤੇ ਦੋਸਤੋ ਤੁਸੀਂ ਚੈਨਲ ਨੂੰ ਕਰਨਾ ਜ਼ਿਆਦਾ ਆ ਨਾਲ ਪਾਣੀ ਹੈ ਸਿਸਟਮ ਦੇਖੋ ਠੀਕ ਹੈ ਅੱਗੇ ਇਹ ਵੇਖੋ ਪਾਣੀ ਠੀਕ ਹੈ ਦੋ ਲੈਣਾ ਪਾਣੀ ਦੇਣ ਫਿਰ ਕਾਫੀ ਹੈ ਤਕਰੀਬਨ ਕਾਫੀ ਡਿਸਟੈਂਸ ਹੈ ਕਿ ਵਿੱਚ ਇਕੱਠਾ ਕੁਤਰਾ ਵੀ ਖਾ ਸਕਦੇ ਨੇ ਨਾਲ ਪਾਣੀ ਦੇ ਵੀ ਦੋ ਲੈਣਾ ਨੇ ਹੈ ਦੋਸਤੋ ਵੇਖੋ ਮਜ਼ੀਦ ਤੁਹਾਨੂੰ ਮਲੂਮਾਤ ਅ ਭਾਈ ਮਮਨ ਸਿੰਘ ਕੋ ਲੈ ਕੇ ਦਿੰਨੇ ਆ ਇਹ ਜ਼ਿਲ੍ਹਾ ਉਕਾਰਾ ਦੇ ਵਿੱਚ ਫਾਉਮ ਹੈ ਕੋਈ ਵੀ ਦੋਸਤ ਵਿਜ਼ਿਟ ਕਰਨਾ ਚਾਹਵੇ ਤੇ ਕਰ ਸਕਦਾ ਜੀ ਭਾਈ ਜੀ ਮਾਸ਼ਾਅੱਲਾ ਬੜਾ ਸੈਟਅਪ ਹੈ ਅੱਲਾਹ ਪਾਕ ਤੁਹਾਨੂੰ ਫਾਇਦਾ ਦੇਵੇ ਵਿੱਚ ਕੁਝ ਕੱਤੇ ਕਮਜ਼ੋਰ ਵੀ ਨਹੀਂ ਪੰਜ ਸੱਤ ਜਿਹੜੇ ਨਾ ਇਹ ਕਿਵੇਂ ਕਮਜ਼ੋਰ ਅਲੱਦਾ ਕਰ ਦਿੱਤੇ ਨੇ ਸਾਨੂੰ ਪਹਿਲੇ ਪਤਾ ਨਹੀਂ ਸੀ ਤੇ ਜਿਹੜੇ ਨਾ ਜਿਹੜੇ ਦੋਸਤ ਨਵੇਂ ਭਾਈ ਐ ਨਾ ਟੇਟਲ ਕੱਟਾ ਨਾਲ ਵੇਣ ਜਿਹੜਾ ਡੇਡ ਵਾਲੇ ਕੱਟੇ ਨਾਲ ਸਾਨੂੰ ਮੰਡੀਆਂ ਚ ਅਸੀਂ ਲੈ ਰਹੇ ਉਹਨਾਂ ਦਾ ਸਾਨੂੰ ਤਜਰਬਾ ਨਹੀਂ ਸੀ ਅਸ ਤਜਰਬਾ ਨਹੀਂ ਸੀ ਜਿਹੜੇ ਅਸਾਂ ਤੁਹਾਡੇ ਕੋਲੋਂ ਲੈਏ ਨੇ ਜਾਂ ਪਿੰਡਾਂ ਥਾਵਾਂ ਤੋਂ ਲੈਨੇ ਨਾ ਕੱਟੇ ਅਸੀਂ ਲੈਏ ਨੇ ਖਲੇ 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 ਮਤਲਬ ਹੈ ਕਿ ਉਹਨਾਂ ਗ੍ਰੋਸ ਜ਼ਿਆਦਾ ਕੀਤੇ ਹੈ ਬਹੁਤ ਜ਼ਿਆਦਾ ਗ੍ਰੋਸ ਹੈ ਵੇਖੋ ਨਾ ਤੁਹਾਡੇ ਸਾਹਮਣੇ ਮਾਸ਼ਾਅੱਲਾ ਕਾਫੀ ਵੇਚੇ ਵੀ ਨੇ ਕਾਫੀ ਵੇਚੇ ਵੀ ਨੇ ਜੇ ਇਨਸ਼ਾਅੱਲਾ ਪਹਿਲਾਂ ਹੁਣ ਮਾਲ ਸਾਡਾ ਸਾਰਾ ਹੈ ਨਾ ਇੱਕ ਸਾਈਜ਼ ਦਾ ਹੀ ਰਹਿ ਗਿਆ ਬਿਹਤਰੀਨ ਬਿਹਤਰ ਇਹ ਵੀ ਹੁੰਦੇ ਵੀ ਆਣ ਖੀਰੇ ਨਾਲ ਜ਼ਿਆਦਾ ਤਕਰੀਬਨ ਕੁਰਬਾਨੀ ਨੇ ਕਹਨ ਕੁਰਬਾਨੀ ਦਾ ਤੁਹਾਡਾ ਸੈਟਅਪ ਨਹੀਂ ਤੁਸੀਂ ਆਂਦੇ ਨਹੀਂ ਫੇਰ ਲਈ ਅਸੀਂ ਰੋਜ਼ਾਂ ਚ ਇਹ ਸੇਲ ਕਰਾਂਗੇ ਇਹ ਮਤਲਬ ਉਹ ਨਹੀਂ ਰੋਜ਼ਾ ਫਾਇਦਾ 11 ਬੱਚਿਆਂ ਚ ਰੋਜ਼ੀ ਆ ਜਾਣੇ ਕਿਉਂਕਿ ਬੱਚਾ ਦਾ ਪੀਰੀਅਡ ਥੋੜਾ ਛੋਟਾ ਹੈ ਇਸ ਤੋਂ ਬਾਅਦ ਅਸੀਂ ਨਾ ਦੋਂਦੇ ਬੱਚੇ ਪਾਵਾਂਗੇ ਦੋਂਦੇ ਬੱਚੇ ਪਾਵਾਂਗੇ ਉਹ ਫਿਰ ਕੁਰਬਾਨੀ ਦੇ ਸੇਲ ਕਰਾਂਗੇ ਕੁਰਬਾਨੀ ਦਾ ਮਾਸ਼ਾਅੱਲਾ ਸੇਲ ਕਰਾਂਗਾ ਅੱਛੀ ਗੱਲ ਹੈ ਦੋਸਤੋ ਦੋਸਤਾਂ ਨੂੰ ਕੀ ਜਾਂਦੇ ਹੋ ਕਿ ਮੈਸੇਜ ਦੇਵੋਗੇ ਕਾਰੋਬਾਰ ਇਹ ਅੱਛਾ ਹੈ ਜਾਂ ਮੁਨਾਫਾ ਬਖਸ਼ਾ ਜਾਂ ਨਹੀਂ ਹੈ ਜਿਹੜੇ ਮੇਰੇ ਭਰਾ ਪੈਸੇ ਰੱਖ ਤੇ ਘਰ ਉਹਦੇ ਨਾਲੋਂ ਬਿਹਤਰ ਹੈ ਵੀ ਆਦਾ ਕਾਰੋਬਾਰ ਕਰ ਲੈ ਕਾਰ ਇਹਨੇ ਨੁ ਅੱਧਾ ਕੂਤਰਾ ਵੰਡਾ ਇਥੇ ਸਾਰਾ ਸਿਸਟਮ ਆਪਣਾ ਹੀ ਹੈ ਤੁਸੀਂ ਵੇਖ ਲਓ ਮਾਸ਼ਾਅੱਲਾ ਉਹ ਬੰਦੇ ਜਿਹਨੇ ਬਹੁਤ ਮਿਹਨਤੀ ਆਦਮੀ ਨੇ ਅੱਛਾ ਮਿਹਨਤੀ ਕਾਬਲੇ ਇਤਮਾਦ ਬੰਦੇ ਨੇ ਬਾਈ ਜ਼ਹਿਰ ਹੈ ਮੇਰਾ ਮੁਮਸ਼ੀ ਹੈ ਉਹ ਅੱਛਾ ਮਾਸ਼ਾਅੱਲਾ ਹਾਂ ਇਹ ਸਕਲੈਨ ਮੇਰਾ ਡਰਾਈਵਰ ਹੈ ਮਾਸ਼ਾਅੱਲਾ ਨਾ ਜਨਾਬ ਬਹੁਤ ਨਾ ਜ਼ਿੰਮੇਦਾਰੀ ਨਾਲ ਕੰਮ ਕਰਦਾ ਜ਼ਿੰਮੇਦਾਰੀ ਨਾਲ ਕਰਦੇ ਨੇ ਮਾਸ਼ਾਅੱਲਾ ਮਾਸ਼ਾਅੱਲਾ ਦੋਸਤੋ ਅੱਜ ਦੀ ਵੀਡੀਓ ਲਈ ਆਪਣੇ ਮੇਜ਼ਬਾਨ ਮੁਹੰਮਦ ਅਫਜ਼ਲ ਨੂੰ ਦਿਓ ਇਜਾਜ਼ਤ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਸਾਡੇ ਚੈਨਲ ਕਰੋ ਜਿਆਦਾ ਜਿਆਦਾ ਸਬਸਕ੍ਰਾਈਬ ਨੀਲੀ 라ਵੀ ਫਾਰਮਿੰਗ ਨੂੰ ਐਂਡ ਫੇਸਬੁਕ ਪੇਜ ਨੂੰ ਅੱਜ ਦੀ ਵੀਡੀਓ ਲਈ ਆਪਣੇ ਮੁਹੰਮਦ ਅਫਜ਼ਲ ਦੇ ਇਜਾਜ਼ਤ ਅਲਾ ਹਾਫਿਜ਼